ਆਪਣੀ ਮੰਤਰ ਪੜਦਾ ਹੁੰਦਾ ਸੀ, ਆਪਣੀ ਭਗਤੀ ਕਰਦਾ ਹੁੰਦਾ ਸੀ। ਤੇ ਕਹਿੰਦੇ ਉਹ ਜਿਵੇਂ ਹੁੰਦੇ ਆ ਨਾ ਕਰਨੀ ਵਾਲੇ ਸਾਧ, ਵੀ ਉਹ ਕਰਨੀ ਵਾਲਾ ਸਾਧ ਸੀ। ਜਦੋਂ ਉਹਨੂੰ ਪਤਾ ਲੱਗਿਆ ਵੀ ਉੱਥੇ ਕੋਈ ਇਹੋ ਜਿਹਾ ਪੁਰਸ਼ ਆਇਆ, ਉਦੋਂ ਤੱਕ ਤਾਂ ਇਹ ਨਹੀਂ ਪਤਾ ਸੀ ਵੀ ਉਹ ਮਹਾਂਪੁਰਸ਼ ਆ, ਦਰਸ਼ਨ ਨਹੀਂ ਹੋਏ ਸੀ ਵੀ ਜਿਹਨੇ ਆ ਕੇ ਉੱਥੇ ਖੂਨ ਵਹਾਤਾ ਮੇਰੇ ਆਸ਼ਰਮ ਚ। ਤੇ ਆ ਕੇ ਉਹ ਗੁਰੂ ਸਾਹਿਬ ਨਾਲ ਗਿਲਾ ਕਰਦੇ ਆ ਵੀ ਤੁਸੀਂ ਮੇਰੇ ਆਸ਼ਰਮ ਨੂੰ ਭ੍ਰਿਸ਼ਟ ਕਰਤਾ, ਇੱਥੇ ਖੂਨ ਵਹਾਇਆ। ਗੁਰੂ ਸਾਹਿਬ ਕਹਿੰਦੇ ਵੀ ਤੈਨੂੰ ਆਪਦੇ ਆਸ਼ਰਮ ਚ ਖੂਨ ਵਹਾਇਆ ਤਾਂ ਦਿਸ ਰਿਹਾ, ਜਿਹੜੀਆਂ ਖੂਨ ਦੀਆਂ ਨਦੀਆਂ ਸੰਸਾਰ ਚ ਵਹਿ ਰਹੀਆਂ, ਮਜ਼ਲੂਮਾਂ ਦੇ ਖੂਨ ਦੀਆਂ ਨਦੀਆਂ ਵਹਿ ਰਹੀਆਂ, ਉਹ ਨੀ ਪੀਂਦੀਆਂ ਤੈਨੂੰ। ਬਸ ਚਾਨਣ ਹੋ ਗਿਆ, ਪੈਰਾਂ ਚ ਪੈ ਗਿਆ। ਗੱਲ ਜਦੋਂ ਸਮਝ ਆਉਣੀ ਹੋਵੇ, ਜਦੋਂ ਕੋਈ ਗਿਆਨ ਉਹ ਵੀ ਗੁਰੂ ਸਾਹਿਬ ਵਰਗੀ ਸ਼ਖਸੀਅਤ ਸਾਹਮਣੇ ਬੈਠੀ ਹੋਵੇ, ਕੁਛ ਗੱਲਾਂ ਬਿਨਾਂ ਕਹੇ ਹੀ ਸਮਝੀਆਂ ਜਾਂਦੀਆਂ ਹੁੰਦੀਆਂ। ਜਦੋਂ ਇਸੇ ਗੱਲ ਤੇ ਵਾਪਸ ਆਉਣੇ ਆ, ਇਹਦੇ ਵਿੱਚ ਇੱਕ ਹੋਰ ਗੱਲ ਬੜੀ ਇੰਪੋਰਟੈਂਟ ਆ। ਦਮਦਮਾ ਸਾਹਿਬ ਦੀ ਧਰਤੀ ਤੇ ਧੀਰ ਮੱਲੀਆਂ ਕੋਲੇ ਗੁਰੂ ਗ੍ਰੰਥ ਸਾਹਿਬ ਜਿਹੜਾ ਪੁਰਾਤਨ ਸੀ ਉਹ ਲੈਣ ਵਾਸਤੇ ਸਿੰਘ ਗੁਰੂ ਸਾਹਿਬ ਨੇ ਭੇਜੇ, ਤੇ ਧੀਰ ਮੱਲੀਆਂ ਨੇ ਸੁਨੇਹਾ ਭੇਜਿਆ ਸਿੰਘਾਂ ਹੱਥ ਵੀ ਤੁਹਾਡਾ ਗੁਰੂ ਤਾਂ ਸਮਰੱਥ ਆ, ਉਹਨੂੰ ਕੀ ਲੋੜ ਹੈ ਗ੍ਰੰਥ ਸਾਹਿਬ ਦੀ। ਇਹ ਆ ਕੇ ਜਦੋਂ ਸੁਨੇਹਾ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਨੂੰ ਦਿੱਤਾ ਸਿੱਖਾਂ ਨੇ, ਗੁਰੂ ਸਾਹਿਬ ਕਹਿੰਦੇ ਬਹਿ ਜਾਓ, ਤੇ ਸਾਰੀ ਬਾਣੀ ਆਏ ਮੂੰਹ ਜਵਾਨੀ ਉਹ ਲਿਖਾਤੀ। ਇਹੋ ਜਿਹੀ ਕੌਮ ਦਾ ਰਹਿਬਰ, ਸਾਰੀ ਬਾਣੀ ਸਾਨੂੰ ਪੰਜ ਪੁਸ਼ਤਾਂ ਦੇ ਸਾਡੇ ਨਾਂ ਨੀ ਯਾਦ ਹੁੰਦੇ, ਤੇ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਭੱਟਾਂ ਦੀ ਬਾਣੀ, ਭਗਤਾਂ ਦੀ ਬਾਣੀ, ਦਸਾਂ ਨੌਵਾਂ ਗੁਰੂਆਂ ਦੀ ਬਾਣੀ ਮੂੰਹ ਜਵਾਨੀ ਉਹ ਲਿਖਾ ਦੇਣੀ, ਕੀ ਰਹਿਬਰ ਹੋਊਗਾ। ਜੇ ਜੰਗ ਦੇ ਮੈਦਾਨ ਚ ਆ ਤਾਂ ਉਚਾਰਨ ਕਰਦੇ ਆ ਜਵੇ ਬਾਣ ਲੱਗ ਗਿਓ ਤਵੇ ਰੋਸ ਜਾਗਿਓ, ਇਹੋ ਜਿਹਾ ਯੋਧਾ ਕੀ ਰਹਿਬਰ, ਕਿਸੇ ਕੌਮ ਕੋਲੇ ਇਹ ਰਹਿਬਰ ਹੋ ਸਕਦਾ। ਫਿਰ ਜਦੋਂ ਗੁਰੂ ਸਾਹਿਬ ਨੂੰ ਇਹ ਪਤਾ ਲੱਗਿਆ ਵੀ ਉਹ ਕਹਿੰਦੇ ਵੀ ਤੁਸੀਂ ਤੁਹਾਡਾ ਗੁਰੂ ਦਾ ਸਮਰੱਥ ਆ, ਸਾਰੀ ਬਾਣੀ ਬਾਬਾ ਦੀਪ ਸਿੰਘ ਅਰਕੇ ਬੈਠੇ ਸੀ ਉੱਥੇ, ਭਾਈ ਮਨੀ ਸਿੰਘ ਅਰਕੇ ਆ ਵੀ ਉੱਥੇ ਉਸ ਟਾਈਮ ਸ਼ਮੂਲੀਅਤ ਸੀ, ਕਹਿੰਦੇ ਜਦੋਂ ਇੱਕ ਮਕਾਰ ਹੀ ਕਿਹਾ ਸੀ ਗੁਰੂ ਸਾਹਿਬ ਨੇ ਮੂੰਹ ਚੋਂ, ਜਿੰਨੇ ਬੰਦੇ ਬੈਠੇ ਸੀ ਬਾਣੀ ਲਿਖਣ ਵਾਸਤੇ ਸਾਰੇ ਬ੍ਰਹਮ ਗਿਆਨੀ ਹੋ ਗਏ। ਬੰਦੇ ਬੈਰਾਗੀ ਨੂੰ ਕਹਿ ਰਹੇ ਆ ਵੀ ਤੈਨੂੰ ਦੁਨੀਆਂ ਚ ਜਿਹੜੀਆਂ ਖੂਨ ਦੀਆਂ ਨਦੀਆਂ ਵਹਿੰਦੀਆਂ ਉਹ ਨੀ ਦਿਸ ਰਹੀਆਂ, ਗਿਆਨ ਹੋ ਗਿਆ, ਚਰਨਾਂ ਚ ਬਹਿ ਗਿਆ। ਕਹਿੰਦਾ ਪਾਤਸ਼ਾਹੋ ਹੁਕਮ ਕਰੋ। ਚਲੋ ਜੋ ਆਪਸ ਚ ਉੱਥੇ ਜਿਸ ਤਰ੍ਹਾਂ ਦੀ ਵੀ ਗੱਲਬਾਤ ਹੋਈ, ਇੱਕ ਮੌਕਾ ਇਹ ਆ ਗਿਆ ਵੀ ਸਰਹੰਦ ਨੂੰ ਥਾਪੜਾ ਦੇ ਕੇ ਤੋੜ ਰਹੇ ਆ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਆ, ਗੁਰੂ ਸਾਹਿਬ ਨੇ ਤੀਰ ਨਾਲ ਘਾਹ ਪੱਟ ਕੇ ਕਿਹਾ ਸੀ ਐਂ ਇਹਨਾਂ ਦੀ ਜੜ ਪੱਟੀ ਜਾਊ, ਤੇ ਥਾਪੜਾ ਦੇ ਕੇ ਸਰਹੰਦ ਵਾਲੇ ਨੂੰ ਤੋੜਤਾ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਉਦੋਂ ਉਹ ਬਣ ਗਏ ਸੀ ਖੰਡੇ ਬੋਟੇ ਦੀ ਪੌਲ ਲੈ ਕੇ ਸਰਹੰਦ ਨੂੰ ਜਾਣ ਲੱਗੇ, ਕਹਿੰਦੇ ਤੁਸੀਂ ਗੁਰੂ ਸਾਹਿਬ ਨੂੰ ਕਹਿੰਦੇ ਮੈਨੂੰ ਇਸ ਖਿੱਤੇ ਦੀ ਸਭ ਤੋਂ ਜੋ ਤਾਕਤਵਰ ਹਕੂਮਤ ਨਾਲ ਮੱਥਾ ਲੈਣ ਲਈ ਭੇਜ ਰਹੇ ਹਾਂ, ਤੇ ਮੈਨੂੰ ਦਿੱਤਾ ਕੀ ਆ? ਕੁਛ ਤੀਰ, ਕੁਛ ਸਰਨਾਮੇ ਤੇ ਪੰਜ ਸਿੰਘ। ਹੁਣ ਜੇ ਅੱਜ ਆਪਾਂ ਇਹ ਸੋਚੀਏ ਵੀ ਮੋਦੀ ਨਾਲ ਮੱਥਾ ਲਾਉਣਾ, ਇੱਥੋਂ ਕੋਈ ਸਾਡਾ ਸਿੰਘ ਪੰਜ ਸਿੰਘ ਲੈ ਕੇ, ਕੁਛ ਤੀਰ ਲੈ ਕੇ ਤੇ ਸਰਨਾਮੇ ਲੈ ਕੇ ਤੁਰ ਪਏ, ਇਹ ਗੱਲ ਆਪਦੇ ਆਪ ਚ ਹੀ ਸੋਚਣ ਤੇ ਇਹ ਲੱਗਦੀ ਹੈ ਵੀ ਬੇਵਕੂਫ ਹੋ ਤੁਸੀਂ। ਪਰ ਉਸ ਵੇਲੇ ਦੁਨੀਆਂ ਦੀ ਸਭ ਤੋਂ ਦੁਨੀਆਂ ਦੀਆਂ ਜਿਹੜੀਆਂ ਤਾਕਤਾਂ ਸੀ ਉਹਦੇ ਚੋਂ ਇੱਕ ਵੱਡੀ ਤਾਕਤ ਨਾਲ ਮੱਥਾ ਲਾਉਣ ਵਾਸਤੇ ਕਹਿੰਦੇ ਕੁਛ ਰਿਧੀਆਂ ਸਿੱਧੀਆਂ ਤਾਂ ਦਿਓ। ਗੁਰੂ ਸਾਹਿਬ ਦੇ ਬਚਨ ਸੀ, ਕਹਿੰਦੇ ਬੰਦਾ ਸਿੰਘ ਜੀ ਅਸੀਂ ਰਿਧੀਆਂ ਸਿੱਧੀਆਂ ਇਕੱਠੀਆਂ ਕਰਕੇ ਸਾਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਹਦੇ ਚ ਪਾ ਦਿੱਤੀਆਂ। ਅਰਦਾਸ ਬੇਨਤੀ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਰਿਧੀਆਂ ਸਿੱਧੀਆਂ ਲੈ ਲਓ। ਅਰਦਾਸ ਬੇਨਤੀ ਕੀਤੀ ਗਈ ਤੇ ਅਰਦਾਸ ਕਰਕੇ ਅਰਦਾਸ ਸੋਧ ਕੇ ਤੁਰ ਪਏ, ਪੰਜਾਬ ਨੂੰ ਤੁਰ ਪਏ। ਆਉਂਦੇ ਜਿੱਥੇ ਜਿੱਥੇ ਸਰਨਾਮੇ ਦਿੱਤੇ ਸੀ, ਸੁਨੇਹੇ ਭੇਜੇ, ਗੁਰੂ ਸਾਹਿਬ ਦੇ ਦਸਤਕ ਸੀ ਨਾਲ,
ਉਹ ਸਿੰਘ ਮਹਾ ਸਿੰਘ ਅਰਗੇ ਭਾਈ ਮਹਾ ਸਿੰਘ ਅਰਗੇ ਜਰਨੈਲ ਨਾਲ ਤੁਰ ਪਏ ਕੌਮ ਵੀ ਨਾਲ ਤੁਰ ਪਈ ਤੇ ਗੱਲ ਕੀ ਸਿਰਜੀ ਗਈ ਸਰਹੰਦ ਵੀ ਫਤਿਹ ਹੋਈ ਪਹਿਲਾ ਖਾਲਸਾ ਰਾਜ ਕਾਇਮ ਹੋਇਆ ਤੇ ਸਾਡੇ ਕੋਲੇ ਮੁਜ਼ਾਹਰਿਆਂ ਨੂੰ ਉਸ ਵੇਲੇ ਪੰਥ ਨੇ ਮੁਜ਼ਾਹਰਿਆਂ ਤੋਂ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਜਿਹੜੀਆਂ ਸਰਦਾਰੀਆਂ ਅੱਜ ਅਸੀਂ ਮੰਨੀ ਜਾਂਦੇ ਹਾਂ ਨਾ ਇਹਦੇ ਪਿੱਛੇ ਬੜੇ ਸਿਰ ਲੱਗੇ ਆ ਸਰਦਾਰੀਆਂ ਇਹ ਨਹੀਂ ਆਈਆਂ ਇਹ ਕਿਸੇ ਰਾਜੇ ਦੀਆਂ ਦਿੱਤੀਆਂ ਨੰਬਰਦਾਰੀਆਂ ਨਹੀਂ ਸੀ ਕਿਸੇ ਰਾਜੇ ਦੀਆਂ ਦਿੱਤੀਆਂ ਇਹ ਜੈਲਦਾਰੀਆਂ ਨਹੀਂ ਸੀ ਇਹ ਸਰਦਾਰੀਆਂ ਦੇ ਪਿੱਛੇ ਸਿਰ ਲੱਗੇ ਆ ਸ਼ਹਾਦਤਾਂ ਹੋਈਆਂ ਸਾਡੀ ਪੁਰਾਤਨ ਸਿੰਘਾਂ ਦੀਆਂ ਸਾਡੇ ਗੁਰੂਆਂ ਦੀਆਂ ਸੋ ਤੁਸੀਂ ਵੇਖੋ ਸਰਹੰਦ ਫਤਿਹ ਕਰ ਲਈ ਪਰ ਸਰਹੰਦ ਦੀ ਚੱਪੜਚਿੜੀ ਦੇ ਮੈਦਾਨ 'ਚ ਜਦੋਂ ਲੜਾਈ ਹੋ ਰਹੀ ਆ ਹੁਣ ਰਿਧੀਆਂ ਸਿੱਧੀਆਂ ਕਿਵੇਂ ਪ੍ਰਗਟ ਹੁੰਦੀਆਂ ਜਦੋਂ ਕੌਮ ਨੇ ਨਾਲ ਸਾਥ ਦਿੱਤਾ ਕਿਉਂਕਿ ਕੌਮ ਜਾਗਦੀ ਸੀ ਉਸ ਵੇਲੇ ਕੌਮ ਨੇ ਸਾਥ ਦਿੱਤਾ ਕੋਈ ਟਕੂਆ ਚੱਕ ਕੇ ਕੋਈ ਗੰਡਾਸਾ ਚੱਕ ਕੇ ਕੋਈ ਜਮਾਂ ਨੰਗੇ ਉਹਦੇ ਕੋਲੇ ਕੁਛ ਵੀ ਨਹੀਂ ਆਹੀ ਆ ਗਿਆ ਨਾਲ ਵੀ ਚਲੋ ਕੋਈ ਸ਼੍ਰੀ ਸਾਹਿਬ ਕਿਸੇ ਨੇ ਚੱਕੀ ਕਿਸੇ ਵਿਰਲੇ ਕੋਲੇ ਬੰਦੂਕ ਹੋਣੀ ਆ ਤੇ ਚੱਪੜਚਿੜੀ ਦੇ ਮੈਦਾਨ 'ਚ ਜਦੋਂ ਯੁੱਧ ਹੋਇਆ ਉਸ ਵੇਲੇ ਇੱਕ ਪਾਸੇ ਫੌਜ ਹਾਥੀਆਂ ਤੇ ਘੋੜਿਆਂ ਤੇ ਤੋਪਾਂ ਨਾਲ ਲੈਸ ਆਧੁਨਿਕ ਉਸ ਵੇਲੇ ਦੇ ਹਥਿਆਰਾਂ ਨਾਲ ਲੈਸ ਤੇ ਇੱਕ ਪਾਸੇ ਜਿਵੇਂ ਅੱਜ ਆਪਾਂ ਤੁਰ ਪਈਏ ਕਿੱਧਰ ਨੂੰ ਵੀ ਚਲੋ ਯਾਰ ਜੋ ਜਿਹਨੂੰ ਘਰੋਂ ਮਿਲਦਾ ਚੁੱਪ ਚੱਕ ਕੇ ਤੇ ਤੁਰ ਪਓ ਕਹਿੰਦੇ ਵਜ਼ੀਰ ਖਾਨ ਨੂੰ ਘੋੜੇ ਹਾਥੀ ਤੋਂ ਲਾ ਕੇ ਘੋੜੇ ਤੇ ਆ ਗਿਆ ਉਹ ਜਦੋਂ ਮਹਾ ਸਿੰਘ ਵਰਗੇ ਸਰਦਾਰਾਂ ਨੇ ਐ ਅੰਦਰੋਂ ਐ ਟੇਢਾ ਪਾੜਤਾ ਦੋ ਟੋਟੇ ਕਰਤਾ ਤੇ ਫੌਜ ਭੱਜ ਗਈ ਸਾਰੀ ਜਦੋਂ ਇਹ ਆਲਮ ਦੇਖਿਆ ਤਾਂ ਜਿਹੜੀ ਫੌਜ ਕੋਲੇ ਕੋਈ ਪੈਰਾਂ ਤੋਂ ਨੰਗੇ ਸੀ ਹੱਥਾਂ 'ਚ ਹਥਿਆਰ ਨਹੀਂ ਸੀ ਘੋੜੇ ਨਹੀਂ ਸੀ ਹਾਥੀ ਨਹੀਂ ਸੀ 15 ਮਿੰਟਾਂ ਦੇ ਅੰਦਰ ਅੰਦਰ ਉਹ ਫੌਜ ਕੋਲੇ ਉਹ ਸਾਰੇ ਹਥਿਆਰ ਵੀ ਆ ਗਏ ਘੋੜੇ ਵੀ ਆ ਗਏ ਤੋਪਾਂ ਵੀ ਆ ਗਈਆਂ ਆ ਹੁੰਦੀਆਂ ਰਿਧੀਆਂ ਸਿੱਧੀਆਂ ਜਦੋਂ ਗੁਰੂ 'ਚ ਭਰੋਸਾ ਕਰਕੇ ਸੋ ਇੱਕ ਭਰੋਸਾ ਹੀ ਅੱਜ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਔਰ ਅਸੀਂ ਲੜਾਈ ਦਿੱਲੀ ਦੀਆਂ ਜਿਹੜੀਆਂ ਪਾਲਸੀਆਂ ਸਾਡੀ ਪਛਾਣ ਤੇ ਹਮਲੇ ਕਰਦੀਆਂ ਸਾਡੀ ਹੋਂਦ ਤੇ ਹਮਲੇ ਕਰਦੀਆਂ ਸਾਡੀ ਇਤਿਹਾਸ ਤੇ ਹਮਲੇ ਕਰਦੀਆਂ ਉਹਦੇ ਨਾਲ ਲੜ ਰਹੇ ਹਾਂ ਇੱਕ ਭਰੋਸਾ ਹੀ ਜਿਤਾ ਸਕਦਾ ਹੋਰ ਕੀ ਆ ਆਪਣੇ ਕੋਲੇ ਇਹ ਜਜ਼ਬਾ ਹੀ ਆ ਨਾ ਜਿਹੜਾ ਆਪਾਂ ਇੱਥੇ ਇਕੱਠੇ ਹੋਏ ਫਿਰਦੇ ਹਾਂ ਪਰ ਉਸ ਵੇਲੇ ਜਰਨੈਲ ਦਾ ਸਾਥ ਦਿੱਤਾ ਸੀ ਕੌਮ ਨੇ ਅੱਜ ਉਹ 40 ਸਾਲਾਂ ਤੋਂ ਜਰਨੈਲ ਸਾਡੇ ਵਿੱਚ ਆ ਸਦਾ ਸਿਮਰਨਜੀਤ ਸਿੰਘ ਮਾਨ ਪਰ ਕੌਮ ਹਮੇਸ਼ਾ ਨਿਰਾਸ਼ਤਾ ਦਿੰਦੀ ਆ ਉਹਨਾਂ ਨੂੰ ਅਸੀਂ ਆਪਦੇ ਜਰਨੈਲ ਨੂੰ ਪਛਾਣ ਹੀ ਨਹੀਂ ਸਕੇ ਕਦੇ ਅਸੀਂ ਕਾਂਗਰਸ ਵਾਲਿਆਂ ਨੂੰ ਜਰਨੈਲ ਮੰਨ ਕੇ ਭਾ ਲੈਂਦੇ ਹਾਂ ਕਦੇ ਅਸੀਂ ਉਹ ਜੋ ਸਾਡੇ ਚੋਂ ਹੀ ਸਾਡੇ ਅਰਗੇ ਪਰ ਚੱਲ ਜੋ ਦਿੱਲੀ ਤੋਂ ਆ ਉਹਨਾਂ ਨੂੰ ਆਪਦੇ ਜਰਨੈਲ ਮੰਨ ਕੇ ਅੱਗੇ ਲਾ ਲੈਂਦੇ ਹਾਂ ਤੇ ਹੁਣ ਇੱਕ ਨਵਾਂ ਜਰਨੈਲ ਕੇਜਰੀਵਾਲ ਦੇ ਰੂਪ 'ਚ ਸਾਡੇ ਕੋਲੇ ਸਾਡੇ ਤੇ ਥੋਪਿਆ ਜਾ ਰਿਹਾ ਅਸੀਂ ਉਹਨੂੰ ਅੱਗੇ ਲਾਉਣ ਨੂੰ ਫਿਰਦੇ ਹਾਂ ਵੀ ਇੱਕ ਮੌਕਾ ਇਹਨੂੰ ਵੀ ਦੇ ਦਿਓ ਯਾਰ ਜਿਵੇਂ ਕੋਈ ਖੇਡ ਰਹੇ ਹੁੰਦੇ ਆ ਵੀ ਇੱਕ ਇੱਕ ਰੇਡ ਇਹਨੂੰ ਵੀ ਪਾ ਲੈਣ ਦਿਓ ਯਾਰ ਦੇਖੀ ਜਾਓ ਜੇ ਰਹਿ ਗਿਆ ਜੇ ਆ ਗਿਆ ਨੰਬਰ ਲੈ ਕੇ ਇਹ ਕੋਈ ਰੇਡ ਪਾਉਣ ਵਾਲੀ ਕੋਈ ਸਰਕਲ ਕਬੱਡੀ ਥੋੜੀ ਖੇਡੀ ਜਾ ਰਹੀ ਆ ਇਹ ਤਾਂ ਬੜਾ ਗੰਭੀਰ ਵਿਸ਼ਾ ਸਾਡੀ ਹੋਂਦ ਦੇ ਮਸਲਿਆਂ ਦਾ ਸਾਡੀ ਇੱਥੇ ਜੋ ਪਾਣੀਆਂ ਦੀ ਲੁੱਟ ਕਸੁੱਟ ਆ ਸਾਡੇ ਇੱਥੇ ਜਿਸ ਤਰ੍ਹਾਂ ਦਾ ਪ੍ਰਵਾਸ ਹੋ ਰਿਹਾ ਸਾਡੀ ਖੇਤੀਬਾੜੀ ਮਾਡਲ ਦਾ 1.5 ਸਾਲ ਸੰਘਰਸ਼ ਕੀਤਾ ਅਸੀਂ ਕਿਸਾਨੀ ਸੰਘਰਸ਼ 'ਚ ਰਹੇ ਹਾਂ ਉਸ ਸੰਘਰਸ਼ ਤੋਂ ਬਾਅਦ ਵੀ ਸਾਡੇ ਤੇ ਕਰਜ਼ਿਆਂ ਦਾ ਕਿੱਡਾ ਗੰਭੀਰ ਵਿਸ਼ਾ ਇਸ ਗੰਭੀਰ ਵਿਸ਼ੇ ਨੂੰ ਸਿਰਫ ਇੱਕ ਗੱਲ ਤੇ ਵੀ ਇੱਕ ਮੌਕਾ ਇਹਨੂੰ ਵੀ ਦੇ ਦਿਓ ਇੱਥੇ ਹੀ ਅਸੀਂ ਕੰਪਰੋਮਾਈਜ਼ ਕਰ ਜਾਂਗੇ ਇਦੂ ਗਾਂਹ ਸੋਚ ਹੀ ਨਹੀਂ ਸਕਦੇ ਸਾਡੇ ਕੋਲੇ ਬੌਧਿਕ ਪੱਧਰ ਦਾ ਇੰਟਲੈਕਚੁਅਲ ਕੈਲੀਬਰ ਜਿਹਨੂੰ ਕਹਿੰਦੇ ਆ ਉਹ ਹੈ ਹੀ ਨਹੀਂ ਕਿ ਅਸੀਂ ਬਸ ਇੱਥੋਂ ਤੱਕ ਸੀਮਤ ਰਹਿ ਗਏ ਵੀ ਇੱਕ ਮੌਕਾ ਇਹਨੂੰ ਵੀ ਦੇ ਦਿਓ ਯਾਰ ਪੋਲਿਟਿਕਸ ਤਾਂ ਰਾਜਨੀਤੀ ਤਾਂ ਬਹੁਤ ਗੰਭੀਰ ਵਿਸ਼ਾ ਤੇ ਜੇ ਅਸੀਂ ਨਹੀਂ ਸਮਝਾਂਗੇ ਇਸ ਗੱਲ ਨੂੰ ਫਿਰ ਕੁਛ ਆਪਦਾ ਕਿਵੇਂ ਸਿਰਜਾਂਗੇ ਕੁਛ ਆਪਦੀ ਖੇਡ ਕਿਵੇਂ ਖੇਡਾਂਗੇ ਸਾਡੇ ਕੋਲੇ ਸਾਡੇ ਆਗੂ ਸਾਡੇ ਜਰਨੈਲ ਹੋਣੇ ਚਾਹੀਦੇ ਆ ਜਿਹੜੇ ਇਸ ਧਰਤੀ ਤੇ ਆਗੂ ਦਾ ਦਾਅਵਾ ਪੇਸ਼ ਕਰ ਸਕਣ ਕੇਜਰੀਵਾਲ ਕਿਵੇਂ ਦਾਅਵਾ ਪੇਸ਼ ਕਰ ਸਕਦਾ ਇਸ ਧਰਤੀ ਤੇ
की संघर्ष है इस धरती लई। उन्हें जेलां कटियां, 40 साल हो गए उन्हें इस धरती से जेलां कटदे नूं, तसीहां झड़दे नूं, नहीं होए। पर मान साहब के पिछे तो चार दहाके पए आ, हजे तक बेदाग खड़े आ, ते असी पछाण ही नहीं सके भी साडा जरनैल ते साडा आगू कौन आ। ते जे असी नहीं पछाण सके, किते ना किते साडी जमीरां ने सानू अंदरों नहीं जगाया, पर किसानी संघर्ष चो लंघ के चोणां आ रही हुण तां जमीरां जागदियां। नॉर्मल जो सिचुएशन होंदी है ना, नॉर्मल सिचुएशन च तां हर बंदा यह कहिंदा वी मैं पंथक हाँ। नॉर्मल सिचुएशन च हर बंदा यह कहिंदा मैं पंजाब लई दर्द रखदा। पर असल परख तां क्राइसिस वेले हुंदा, जदों साडे ते क्राइसिस हुंदा उदों साडे नाल कौन खड़दा। नॉर्मल सिचुएशन च तां मैनूं वी कुछ नहीं पता सी, सनी देओल नाल चोणां लड़दा फिरदा सी। पर जिद्दे क्राइसिस आया, मेरी भी जमीर उदा ही जागी। ये सिचुएशन ही होंगी, मौके होंगे। पर जिदे क्राइसिस आया साडे ते, जिहड़े पंथक बने फिरदे सी उन्हां नूं भी निशान साहब लाल किले ते जो झूले चुभे। हुण असी 550 साल का साडा निशान वह तो मुनकर हो जाइए, जिहदा मतलब गुरु तो मुनकर हो जाए। गुरु ने ही दिता सानू वह निशान। असी सवाल ही नहीं पुछया भी की फर्क पैंदा सी जे असी उत्थे बह जांदे। अज साडे कर्जे भी माफ होने सी, अज नवां खेतीबाड़ी माडल भी मिलना सी, अज कानून भी कैंसल होने सी, ते असी बंदी सिंघां नूं भी रहा करा के लैके आउंदे। पर किसे ने नहीं ये सवाल पुछया इन्हां नूं, ते साडी लीडरशिप नूं भी बहुत चुभिया भी निशान साहब ये आपदी होंद किवें दर्शांगे। होंद तां जिहड़ा जज्बा यह वार वार दसाउंदा रहूगा। बाणी का प्रवाह तो ऐं चलता रहूगा, असी कित्थे खड़े हाँ, किहड़े पासे आउणे हाँ। जदों क्राइसिस आउंदा गल तो उत्थे आ। अज फिर एक मौका यह आया भी साडा जरनैल साडे चाके कहिंदा भी चलो कोई साडी एक दो पंज आवाजां तां गूंजण असैंबली च, ठीक आ। हो सकदा असी सरकार बनाउण दी पोजीशन च ना होईए, हो सकदा किला फतेह करन दी पोजीशन च आपां ना होईए, पर तुर तां पए आ ना। जे तुर पए आ ते जे अज एक आवाज भी गूंजदी आ साडी असैंबली च, अगली हार नूं आपां किला भी फतेह कर लांगे। जिन्हां ने सरकारां बनातियां उन्हां ने साडा की करता। सो जे एक आवाज भी गूंजदी आ दुश्मन दे किले च, साडी आवाज तां गूंज रही आ, अगली हार नूं सर कर लांगे आपां। पर एकतियां दीआं जमीरां नूं हलो ना दिओ थोड़ा जिहा, पछाणो थोड़ा जरनैल कौन आ। मेरे अर्गा आके यह दावा करता भी मैं पंजाब लई तुरिया फिरदा, साल डेढ़ साल दो साल बाद फिर बह जांदा भी नहीं यार इत्थे तां तौम तां ही लगनी आ, बदनामी पल्ले पैणी आ। पर एक साडा जरनैल 40 साल चार दहाकियां तो खड़ा साडे नाल, हजे तक नहीं बैठा। हजे तक साडी कौमियत दी गल नूं जिउंदा रखिया, हजे तक साडी सोवरेनिटी नूं पातशाही दावे नूं जिउंदा रखिया। होर किसे धिर ने जिउंदा रखिया होवे, जिहड़ियां ऑर्गेनाइजेशनस भी आ छोटियां छोटियां बनियां होईयां वह भी 40 बंदिआं तक 30 बंदिआं तक सीमित आ, पर एक साडे जरनैल ने आपदी पूरी पार्टी खड़ी रखी आ। जिन्ना मर्जी हालातां चों नंगे पर खड़े तां है ना। अज असीं उस मंच ते आ के गल तां करन जोगे हैं। अज तक कोई समझौता नहीं दिल्ली तों चलदी किसे धिर नाल, अज तक कोई सिधांतक समझौता नहीं। ते जे असीं हुण भी उस जरनैल नूं पिट दिखावांगे फिर तां जिवें सत कहिंदे हुंदे सी भी शरीरक मौत मौत नहीं है, जमीर दा मर जाणा मौत आ, फिर तां तुरदे फिरदे लाशां। फिर हजे पता नहीं किन्ना क समां होर छित्तर खावांगे। इस बलाम मानसिकता दा शिकार हां आपां, ठीक है साडे ते बड़ियां प्रॉब्लम्स आ, साडे अंदर बड़े वखरेवे आ। ओह वखरेवे हुणे सुभावक भी आ क्योंकि 150 साल दी गुलामी साडे सिरां ते आ, और उस गुलामी च साडा आपदा कोई स्ट्रक्चर नहीं रहा। 1849 तो बाद साडा कोई स्ट्रक्चर नहीं रहा। जदों साडे कोले साडा स्ट्रक्चर ना होवे, असी किसे
ਗੈਰ ਦੇ ਸਟਰਕਚਰ ਦੇ ਅਧੀਨ ਤੁਰੇ ਫਿਰਦੇ ਹੋ। ਇਹ ਤਾਂ ਮਸਲਿਆਂ ਦਾ ਪੈਦਾ ਹੋਣਾ ਸੁਭਾਵਿਕ ਆ। ਇਹਦਾ ਮਤਲਬ ਉਹ ਮਸਲੇ ਅਸੀਂ ਨਹੀਂ ਪੈਦਾ ਕੀਤੇ ਹੋਏ, ਸਾਡੇ ਗਲਾਂ ਚ ਪਾਏ ਗਏ ਆ। ਤੇ ਜੇ ਸਾਡੇ ਗਲਾਂ ਚ ਪਾਏ ਗਏ ਆ ਉਹ ਮਸਲੇ, ਉਹ ਸਾਡੇ ਮਸਲੇ ਨਹੀਂ ਆ। ਉਹਨਾਂ ਨਾਲ ਨਜਿੱਠਿਆ ਤਾਂ ਹੀ ਜਾ ਸਕਦਾ ਜੇ ਅਸੀਂ ਕੋਈ ਆਪਦੀ ਧਿਰ, ਆਪਦਾ ਜਰਨੈਲ, ਆਪਦਾ ਆਗੂ, ਇੱਕ ਆਪਦੀ ਸਿਆਸਤ ਸਿਰਜੀਏ। ਪਰ ਜੋ ਆਪਦਾ ਉਹਨੂੰ ਪੇਸ਼ ਹੀ ਐਂ ਕੀਤਾ ਜਾਂਦਾ ਵੀ ਦੇਖੋ ਇਹ ਤਾਂ ਯਾਰ ਉਦੋਂ ਮੌਕਾ ਦਿੱਤਾ ਸੀ ਤੇ ਪਾਰਲੀਮੈਂਟ ਚ ਗਿਆ ਨੀ, ਇਹਦਾ ਸ਼੍ਰੀ ਸਾਹਿਬ ਤੇ ਅੜ ਗਿਆ। ਹੁਣ ਤੁਸੀਂ ਆਪਦੀ ਬਿਰਤੀ 90 ਦੇ ਦਹਾਕੇ ਚ ਲੈ ਕੇ ਜਾਓ। ਇੱਕ ਪਾਸੇ ਤਾਂ ਕੌਮ ਮਹਾਸੰਘਰਸ਼ ਆਪਦੀ ਪਛਾਣ ਦਾ ਕਰ ਰਹੀ ਆ, ਇੱਕ ਪਾਸੇ ਕੌਮ ਆਪਦੀ ਸੋਵਰੈਂਟੀ ਦਾ ਸੰਘਰਸ਼ ਕਰ ਰਹੀ ਆ, ਤੇ ਤੁਹਾਡਾ ਜਰਨੈਲ ਪਾਰਲੀਮੈਂਟ ਚ ਵਰਨ ਖਾਤਰ ਆਪਦੀ ਪਛਾਣ ਨੂੰ ਛੱਡ ਕੇ, ਜੋ ਸਾਨੂੰ ਸਾਡੇ ਗੁਰੂ ਸਾਹਿਬ ਨੇ ਦਿੱਤੀ ਆ ਉਹਨੂੰ ਛੱਡ ਕੇ ਪਾਸੇ ਰੱਖ ਕੇ ਤੇ ਪਾਰਲੀਮੈਂਟ ਚ ਵੜ ਜੇ। ਇਹਦਾ ਮਤਲਬ ਜਿਸ ਗੱਲ ਤੇ ਸਾਨੂੰ ਮਾਣ ਹੋਣਾ ਚਾਹੀਦਾ ਸੀ, ਜੋ ਸਾਡੇ ਆਗੂ ਦਾ, ਸਾਡੇ ਜਰਨੈਲ ਦਾ ਗੋਣਾ ਇਹਨਾਂ ਨੇ ਉਹਨੂੰ ਵੀ ਔਗਣ ਬਣਾ ਕੇ ਪੇਸ਼ ਕਰਤਾ, ਤੇ ਅਸੀਂ ਮੰਨ ਵੀ ਲਈ ਇਹ ਗੱਲ ਵੀ ਇਹਨੂੰ ਤਾਂ ਪੋਲੀਟਿਕਸ ਹੀ ਨੀ ਕਰਨੀ ਆਉਂਦੀ। ਔਰ ਉਹ ਜਰਨੈਲ ਫਿਰ ਤੁਹਾਡੇ ਲਈ ਅੰਬੈਸੀਆਂ ਚ ਜਾ ਕੇ ਬਾਹਰਲੇ ਦੇਸ਼ਾਂ ਦੇ ਅੰਬੈਸਡਰਸ ਨਾਲ ਗੱਲ ਕਰਦਾ ਰਿਹਾ। ਉਹ ਜਰਨੈਲ ਫਿਰ ਹਿੰਦ ਹਕੂਮਤ ਦੇ ਵਜ਼ੀਰ ਆਜ਼ਮ ਤੋਂ ਲੈ ਕੇ ਉਹਨਾਂ ਦੇ ਵੱਡੇ ਵੱਡੇ ਵਜ਼ਾਰਤ ਦੇ ਬੰਦੇ, ਉਹਨਾਂ ਦੇ ਗ੍ਰਹਿ ਮੰਤਰੀਆਂ ਨੂੰ ਮਿਲਦਾ ਰਿਹਾ, ਉਹਨਾਂ ਨੂੰ ਦੱਸਦਾ ਰਿਹਾ ਵੀ ਅਸੀਂ ਇੱਕ ਆਪ ਅੱਡ ਕੌਮ ਆ, ਅਸੀਂ ਇੱਥੇ ਇੱਕ ਆਪਦੀ ਕੌਮੀਅਤ ਨੂੰ ਵਸਾਈ ਆਪਦੇ ਦਿਲਾਂ ਚ ਬੈਠੇ ਆ। ਇਸ ਧਰਤੀ ਦੀ ਇੱਕ ਵਿਸ਼ੇਸ਼ਤਾ ਆਪਦੀ, ਇਹਦੀ ਇੱਕ ਆਪਦੀ ਕੌਮੀਅਤ ਆ। ਉਹ ਸਾਰਾ ਕੁਛ ਕਰਦਾ ਰਿਹਾ ਪਰ ਅਸੀਂ ਦੇਖਿਆ ਤੱਕ ਨਹੀਂ ਉਹਦੇ ਨੇ। ਸੋ ਅੱਜ ਸਾਡੇ ਚ ਜਿਹੜੀ ਇਹ ਸੋਚ ਪੈਦਾ ਹੋਈ ਹੈ ਇਹਦੇ ਪਿੱਛੇ ਵੱਡਾ ਕਾਰਨ ਇਹ ਆ ਵੀ ਅਸੀਂ ਕਿਸਾਨੀ ਸੰਘਰਸ਼ ਚੋਂ ਲੰਘ ਕੇ ਆਏ ਹਾਂ। ਕਿਸਾਨੀ ਸੰਘਰਸ਼ ਦੇ ਅਨੁਭਵ ਨੇ ਤੇ ਉਹਦੇ ਅਧਿਐਨ ਨੇ ਸਾਨੂੰ ਕੁਛ ਗੱਲਾਂ ਸਿਖਾਈਆਂ। ਕਿਸਾਨੀ ਸੰਘਰਸ਼ ਦੀਆਂ ਗੁਲਾਈਆਂ ਤੋਂ ਅਸੀਂ ਇਹ ਗੱਲਾਂ ਸਮਝੀਆਂ ਵੀ ਜੇ ਸਾਡੀ ਰਿਪ੍ਰੈਜੈਂਟੇਸ਼ਨ ਨਹੀਂ ਹੋਊਗੀ, ਸਾਡੀ ਆਪਦੀ ਕੋਈ ਧਿਰ ਨਹੀਂ ਹੋਊਗੀ ਤਾਂ ਸਾਡੇ ਨਾਲ ਕਦੇ ਕਿਸੇ ਨੇ ਨਿਆਂ ਨਹੀਂ ਕਰਨਾ। ਸੋ ਅੱਜ ਜ਼ਮੀਰਾਂ ਨੂੰ ਸਰਹੰਦ ਫਤਿਹ ਤਾਂ ਹੀ ਹੋਊ ਜੇ ਕੌਮ ਨਾਲ ਤੁਰੂ, ਤੇ ਗੁਰੂ ਨੂੰ ਤਾਂ ਭਰੋਸਾ ਸੀ ਵੀ ਕੌਮ ਨਾਲ ਤੁਰੂ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਸੀ ਤੇ ਅੱਜ ਕੌਮ ਕਿਉਂ ਨਾਲ ਤੁਰੂ, ਭਰੋਸਾ ਤਾਂ ਅੱਜ ਵੀ ਹੈ ਨਾ। ਜੇ ਅਸੀਂ ਗੁਰੂ ਤੋਂ ਬੇਮੁੱਖ ਹੁੰਦੇ ਹਾਂ, ਬਦਾਵਾ ਲੈ ਕੇ ਆਪਦੀ ਪਿੱਠ ਖੜ ਕੇ ਖੜੇ ਹੁੰਦੇ ਹਾਂ, ਫਿਰ ਇਹ ਤੁਹਾਡੇ ਤੇ ਗੁਰੂ ਚ ਗੱਲ। ਇਸ ਲਈ ਨਾਲ ਤੁਰਨਾ, ਚਾਹੇ ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਦਾ ਟਾਈਮ ਸੀ ਜਾਂ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਟਾਈਮ ਆ, ਇਹ ਸਾਡਾ ਇੱਕ ਲਾਖੀ ਫਰਜ਼ ਆ, ਇਹ ਸਾਡੀ ਕੌਮੀ ਸਾਂਝ ਆ। ਸੋ ਇਸ ਲਈ ਮੇਰੀ ਅਰਦਾਸ ਬੇਨਤੀ ਆ, ਬਾਕੀ ਇਹ ਜ਼ਰੂਰ ਆ ਵੀ ਆਪਾਂ ਚੋਣਾਂ ਨੂੰ ਲੈ ਕੇ ਹੋਰ ਬੜੀਆਂ ਗੱਲਾਂ ਕਰ ਸਕਦੇ ਹਾਂ, ਇੰਪਲੋਇਮੈਂਟ ਦੀ ਗੱਲ ਕਰ ਸਕਦੇ ਹਾਂ, ਆਪਾਂ ਇੱਥੇ ਐਜੂਕੇਸ਼ਨ ਦੀ ਗੱਲ ਕਰ ਸਕਦੇ ਹਾਂ, ਆਪਾਂ ਇੱਥੇ ਇਨਫਰਾਸਟ੍ਰਕਚਰ ਦੀ ਗੱਲ ਕਰ ਸਕਦੇ ਹਾਂ, ਆਪਾਂ ਮਾਡਰਨ ਇੱਕ ਜਿਹੜੀ ਮਾਡਰਨ ਪੋਲੀਟਿਕਸ ਦਾ ਰੂਪ ਆ ਉਹਦੀ ਵੀ ਗੱਲ ਕਰ ਸਕਦੇ ਹਾਂ। ਪਰ ਇੱਕ ਸਵਾਲ ਮੈਂ ਪੁੱਛਣਾ ਚਾਹੁੰਦਾ, ਸਾਡੇ ਪਿੱਛੇ ਇੰਨਾ ਅਨਿਆਂ ਪਿਆ, ਸਾਡੀਆਂ ਧੀਆਂ ਭੈਣਾਂ ਦੀ ਬੇਪੱਤੀ ਪਈ ਆ, ਸਾਡੇ ਝੂਠੇ ਮੁਕਾਬਲੇ ਪਏ ਆ, 84 ਦੀ ਨਸ਼ਲਕੁਸ਼ੀ ਪਈ ਆ, 84 ਤੋਂ ਲੈ ਕੇ 92 ਤੱਕ ਜੋ ਨਸ਼ਲਕੁਸ਼ੀ ਸਾਡੇ ਨਾਲ ਕੀਤੀ ਉਹ ਸਭ ਕੁਛ ਪਿਆ, ਸਾਨੂੰ ਬਦਨਾਮ ਕੀਤਾ ਗਿਆ ਉਹ ਪਿਆ, ਉਹ ਨਿਆਂ ਤਾਂ ਸਾਨੂੰ ਕਦੇ ਨੀ ਮਿਲਿਆ। ਤੇ ਅਸੀਂ ਇਹ ਕਹੀਏ ਵੀ ਨਹੀਂ ਚਲੋ ਇਹ ਸਭ ਕੁਛ ਭੁੱਲੇ ਤੇ ਤੁਸੀਂ ਆਹ ਗਲੀਆਂ ਨਾਲੀਆਂ ਸਾਡੀ ਪੱਕੀਆਂ ਕਰਾ ਦਿਓ ਯਾਰ, ਠੀਕ ਆ ਅਸੀਂ ਤੁਹਾਨੂੰ ਵੋਟਾਂ ਪਾ ਦਿੰਦੇ ਹਾਂ, ਫਿਰ ਤਾਂ ਬੇਗੈਰਤੀ ਹੋਈ ਨਾ। ਜੇ ਤੁਹਾਨੂੰ ਅਸੀਂ ਇਹ ਚੋਇਸ ਦੇ ਦਈਏ ਵੀ ਇੱਕ ਪਾਸੇ ਇੰਨਾ ਵੱਡਾ ਅਨਿਆਂ ਤੇ ਇਹ ਮਤ ਭੁੱਲੋ ਵੀ ਇਹ ਅਨਿਆਂ ਇੱਥੇ ਹੀ ਖਤਮ ਹੋ ਗਿਆ, ਇਹਦਾ ਦਿਨ ਬ ਦਿਨ ਸਦੀਵੀ ਹੁੰਦਾ ਜਾ ਰਿਹਾ, ਪਰਪੈਚੂਏਟ ਹੋ ਰਿਹਾ, ਤੇ ਜੇ ਇਹਨੂੰ ਠੱਲ ਨਾ ਪਾਈ ਹੁਣ ਵੀ ਇਕੱਠੇ ਨਾ ਹੋਏ ਤਾਂ ਖੜੂ ਕਿੱਥੇ ਜਾ ਕੇ ਗੱਲ। ਇਨਜਸਟਿਸ ਜਿਹੜੀ ਆ ਉਹ ਕੌਮਾਂ ਨੂੰ, ਕੌਮਾਂ ਦੇ ਦਬਦਬੇ ਨੂੰ ਖਤਮ ਕਰ ਦਿੰਦੀ ਆ। ਇੱਕ ਗੱਲ ਬੜੇ ਸੁਹਿਰਦਤਾ ਨਾਲ ਸਮਝਣ ਵਾਲੀ ਆ, ਉਹ ਇਹ ਆ ਵੀ ਤੁਹਾਡਾ ਦਬਦਬਾ ਉਦੋਂ ਤੱਕ ਹੀ ਆ, ਤੁਹਾਡੀ ਐਗਜ਼ਿਸਟੈਂਸ ਉਦੋਂ ਤੱਕ ਹੀ ਹੈ
ਮੋਰਨਾਂ ਨੂੰ ਕੋਈ ਗੱਲ ਨਹੀਂ ਹੋਈ ਜਦੋਂ ਤੱਕ ਮਿਲਦੇ ਆ ਸ਼ਾਮ ਨੂੰ ਤੁਸੀਂ ਜੰਗ ਦੇ ਮੈਦਾਨ ਚ ਤਕੜੇ ਹੋ ਇਹ ਜਿਹੜੇ ਕਹਿੰਦੇ ਆ ਨਾ ਅੱਜ ਦੀ ਇੱਕ ਮਾਡਰਨ ਐਜੂਕੇਸ਼ਨ ਬਾਈ ਜੀ ਉਹ ਪਿੱਛੇ ਇੱਕ ਮਾਡਰਨ ਐਜੂਕੇਸ਼ਨ ਨੇ ਇੱਕ ਨਵੇਂ ਗਿਆਨ ਵਿਗਿਆਨ ਨੇ ਇੱਕ ਹੋਰ ਬੜੀ ਗੱਲ ਪ੍ਰਚਲਿਤ ਕਰਤੀ ਕਿਉਂਕਿ ਤੁਹਾਨੂੰ ਸਲੇਵਸ ਬਣਾਉਣਾ ਤੁਹਾਨੂੰ ਗੁਲਾਮ ਬਣਾਉਣਾ ਵੀ ਵਿਚਾਰਾਂ ਦਾ ਸਮਾਂ ਯਾਰ ਇਹ ਤਾਂ ਇੱਥੇ ਜਿਹੜੀ ਵਾਇਲੈਂਸ ਕੁਛ ਨਹੀਂ ਕਰ ਸਕਦੀ ਅਸੀਂ ਵਾਇਲੈਂਸ ਨੂੰ ਪ੍ਰਮੋਟ ਨਹੀਂ ਕਰ ਰਹੇ ਪਰ ਤੁਹਾਨੂੰ ਇੱਕ ਗੱਲ ਸਮਝਣੀ ਜ਼ਰੂਰ ਚਾਹੀਦੀ ਹੈ ਡਾਂਗ ਸੋਟੇ ਵਾਲੀ ਜ਼ਰੂਰਤ ਵੀ ਕੌਮ ਚ ਹੋਣੀ ਚਾਹੀਦੀ ਹੈ ਉਹ ਤੋਂ ਬਿਨਾਂ ਕੌਮ ਦਾ ਦਬਦਬਾ ਕੌਮ ਦੀ ਐਗਜ਼ਿਸਟੈਂਸ ਨੂੰ ਖਤਰਾ ਕਿਉਂ ਕਿਉਂਕਿ ਜਿਹੜਾ ਇਹ ਮੁਲਕ ਆ ਇਹਦੀ ਐਗਜ਼ਿਸਟੈਂਸ ਵੀ ਵਾਇਲੈਂਸ ਤੇ ਖੜੀ ਆ ਕਿਵੇਂ ਵਾਇਲੈਂਸ ਤੇ ਖੜੀ ਆ ਜੇ ਪੀਸ ਨਾਲ ਹੀ ਸਭ ਕੁਝ ਅਚੀਵ ਹੁੰਦਾ ਹੋਵੇ ਫਿਰ ਏਡਾ ਵੱਡਾ ਵੱਡਾ ਡਿਫੈਂਸ ਬਜਟ ਕਿਉਂ ਰੱਖਿਆ ਜਾਂਦਾ ਆਧੁਨਿਕ ਹਥਿਆਰ ਕਿਉਂ ਦਿੱਤੇ ਜਾਂਦੇ ਆ ਫਿਰ ਏਅਰਫੋਰਸ ਨੇਵੀ ਆਰਮੀ ਨੂੰ ਇਸ ਕਦਰ ਕਿਉਂ ਸਟਰੋਂਗ ਕੀਤਾ ਜਾਂਦਾ ਫਿਰ ਅਮਰੀਕਾ ਆਪਦੀ ਜੋ ਇੱਕ ਆਰਮਡ ਫੋਰਸਿਸ ਨੂੰ ਏਡਾ ਸਟਰੋਂਗ ਕਿਉਂ ਕਰ ਰਿਹਾ ਇਹਦਾ ਮਤਲਬ ਕਿਸੇ ਵੀ ਮੁਲਕ ਦੀ ਜਿਹੜੀ ਫਾਊਂਡੇਸ਼ਨ ਆ ਨਾ ਉਹਨਾਂ ਦੇ ਡਾਂਗ ਸੋਟੇ ਚ ਕਿੰਨੇ ਤਗੜੇ ਆ ਉਹੀ ਆ ਇਸੇ ਤਰ੍ਹਾਂ ਜੇ ਕੌਮ ਦੀ ਫਾਊਂਡੇਸ਼ਨ ਜਿਹੜੀ ਆ ਉਹ ਵੀ ਡਾਂਗ ਸੋਟੇ ਚ ਆਪਾਂ ਕਿੰਨੇ ਕੁ ਤਕੜੇ ਆ ਇਹ ਉਹੀ ਆ ਜਿੱਥੇ ਇਹ ਛੱਡ ਕੇ ਜਿੱਥੇ ਆਪਦੀ ਪਛਾਣ ਛੱਡ ਕੇ ਸ਼੍ਰੀ ਸਾਹਿਬ ਛੱਡ ਕੇ ਤੇ ਝਾੜੂਆਂ ਨਹੀਂ ਹੋ ਗਏ ਉੱਥੇ ਤੁਹਾਡਾ ਡਾਂਗ ਸੋਟੇ ਵਾਲਾ ਦਬਦਬਾ ਗਿਆ ਤੇ ਫਿਰ ਤੁਹਾਨੂੰ ਵੇਰਾਂ ਵੱਟੇ ਨਹੀਂ ਪੁੱਛਣਾ ਕਿਸੇ ਨੇ ਸੋ ਜਿਹੜੀ ਗੱਲ ਇਹ ਆ ਵੀ ਵਿਚਾਰਾਂ ਦੀ ਗੱਲ ਜਿੱਥੇ ਹੁੰਦੀ ਆ ਉੱਥੇ ਵਿਚਾਰ ਕਰਦੇ ਆ ਜਿੱਥੇ ਡਾਂਗ ਸੋਟੇ ਦੀ ਗੱਲ ਹੁੰਦੀ ਆ ਉੱਥੇ ਡਾਂਗ ਸੋਟਾ ਹੀ ਕੰਮ ਕਰਦਾ ਸੋ ਇਹ ਕੋਈ ਬਾਈਨਰੀਜ਼ ਨਹੀਂ ਆ ਜਿਹੜੀਆਂ ਜਮਾਤਾਂ ਵੀ ਅੱਜ ਕੱਲ ਯਾਰ ਵਿਚਾਰਾਂ ਦਾ ਸਮਾਂ ਅੱਜ ਕੱਲ ਹਥਿਆਰਾਂ ਦਾ ਸਮਾਂ ਨਹੀਂ ਆ ਆਪਾਂ ਹਥਿਆਰ ਪ੍ਰਮੋਟ ਨਹੀਂ ਕਰ ਰਹੇ ਪਰ ਗੱਲ ਨੂੰ ਸਮਝੀਏ ਤਾਂ ਸਹੀ ਜੇ ਸਾਡੇ ਤੋਂ ਸਾਡੀ ਸਵੈ ਰੱਖਿਆ ਲਈ ਸ਼੍ਰੀ ਸਾਹਿਬ ਹੀ ਖੋਲੀ ਤੇ ਸਾਡੇ ਹੱਥਾਂ ਚ ਝਾੜੂ ਫੜਾ ਤੇ ਜਾਂ ਕੋਈ ਹੋਰ ਪਛਾਣ ਦੇਤੀ ਫਿਰ ਤਾਂ ਤੁਹਾਡੀ ਸੋਵਰੇਨਟੀ ਤੁਹਾਡੀ ਖੁਦਮੁਖਤਿਆਰੀ ਦਾ ਪ੍ਰਤੀਕ ਆ ਉਹ ਤੁਹਾਡੇ ਤੋਂ ਲੈ ਗਏ ਖੋ ਕੇ ਇਹ ਖੁਦਮੁਖਤਿਆਰੀ ਤਾਂ ਸਾਡੇ ਗੁਰੂ ਨੇ ਸਾਨੂੰ ਦਿੱਤੀ ਸੀ ਘਰ ਘਰ ਚ ਖੁਦਮੁਖਤਿਆਰੀ ਸੀ ਡੈਮੋਕਰੇਸੀ ਦਾ ਜਿਹੜਾ ਇੱਕ ਬਹੁਤ ਬਿਊਟੀਫੁਲ ਐਸਪੈਕਟ ਹੀ ਇਹ ਆ ਵੀ ਤੁਹਾਡੇ ਕੋਲੇ ਤੁਹਾਡੀ ਜਿਹੜੀ ਖੁਦਮੁਖਤਿਆਰੀ ਆ ਉਹ ਘਰ ਘਰ ਚ ਹੋਵੇ ਪਾਵਰ ਦੀ ਡਿਸਟ੍ਰੀਬਿਊਸ਼ਨ ਇਸ ਲੈਵਲ ਤੱਕ ਹੋਵੇ ਉਹ ਪਰਿਵਾਰ ਦੀਆਂ ਇਕਾਈਆਂ ਤੱਕ ਜਾਵੇ ਪਰ ਇੱਥੇ ਤਾਂ ਸਾਰੀ ਪਾਵਰ ਨੂੰ ਸੈਂਟਰਲਾਈਜ਼ ਕਰੀ ਜਾਂਦੇ ਆ ਸੋ ਸੰਘਰਸ਼ ਲੰਬਾ ਸੰਘਰਸ਼ ਦੇ ਵਿੱਚੋਂ ਲੋਕਾਂ ਨੂੰ ਵੀ ਲੰਘਣਾ ਪਊ ਤੇ ਲੀਡਰਾਂ ਨੂੰ ਵੀ ਲੰਘਣਾ ਪਊ ਕੰਫਰਟ ਜ਼ੋਨ ਚੋਂ ਨਿਕਲ ਕੇ ਹੀ ਕੁਛ ਬਣੂਗਾ ਤੇ ਜੇ ਅਸੀਂ ਕਹੀਏ ਵੀ ਆਪਦੀ ਕੰਫਰਟ ਜ਼ੋਨ ਚ ਰਹਿ ਕੇ ਅਸੀਂ ਕੁਛ ਸਿਰਜ ਜਾਂਗੇ ਤਾਂ ਨਹੀਂ ਸਿਰਜਿਆ ਜਾ ਸਕਦਾ ਇਹ ਝੂਠ ਆ ਸੋ ਆਪਦੀ ਹੋਂਦ ਤੇ ਆਪਦੀ ਪਛਾਣ ਤੇ ਆਪਦੇ ਫਲਸਫਿਆਂ ਤੇ ਵਾਪਸ ਆਓ ਉੱਥੇ ਆ ਕੇ ਹੀ ਕੁਛ ਆਪਾਂ ਸਿਰਜ ਸਕਦੇ ਹਾਂ ਫੇਰ ਹੀ ਪੰਜਾਬ ਨੂੰ ਕਿਸੇ ਨਵੇਂ ਸਿਰਿਓ ਆਪਾਂ ਕੋਈ ਸੇਧ ਦੇ ਸਕਦੇ ਹਾਂ ਇੰਨੀਆਂ ਕੁ ਗੱਲਾਂ ਕਰਨੀਆਂ ਸੀ ਮਾਨ ਸਾਹਿਬ ਨੂੰ ਸਰਦਾਰ ਮਾਨ ਸਿੰਘ ਮਾਨ ਜੀ ਨੂੰ ਇੱਥੋਂ ਜਿਤਾ ਕੇ ਭੇਜੋ ਇਹ ਸਾਡਾ ਇੱਕ ਲਾਖੀ ਫਰਜ਼ ਆ ਇੱਕ ਪਰਿਵਾਰਕ ਸਾਂਝ ਆ ਸਾਡੀ ਇੱਕ ਕੌਮੀਅਤ ਦੀ ਵੀ ਸਾਡੀ ਸਾਂਝ ਆ ਆਪਦੀਆਂ ਜ਼ਮੀਰਾਂ ਸਾਡੀਆਂ ਜਾਗਦੀਆਂ ਇਹਦਾ ਸਬੂਤ ਆਪਾਂ ਦਈਏ ਇਸੇ ਕਰਕੇ ਖੜੇ ਹਾਂ ਅੱਜ ਦੇਖੋ ਤੁਸੀਂ ਆਪਣੀ ਸਾਂਝ ਹੀ ਇਹ ਆ ਇੱਕ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਜਿਹੜੇ ਜਸਪ੍ਰੀਤ ਸਿੰਘ ਜੀ ਉਹ ਵੀ ਆਪਦੀ ਫੈਡਰੇਸ਼ਨ ਦੇ ਸਾਰੀ ਸਟੂਡੈਂਟ ਫੈਡਰੇਸ਼ਨ ਦੇ ਨਾਲ ਇੱਥੇ ਸਾਡੇ ਚ ਆਏ ਆ ਤਾਂ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਇਹ ਜਿਹੜੇ ਸਾਡੀਆਂ ਸੰਸਥਾਵਾਂ ਹੁੰਦੀਆਂ ਸਾਡੀਆਂ ਜਿਹੜੀਆਂ ਟਕਸਾਲਾਂ ਇਹਨਾਂ ਦੀ ਆਪਦੀ ਇੱਕ ਅਹਿਮੀਅਤ ਹੁੰਦੀ ਆ ਤੇ ਜਦੋਂ ਇਹ ਸਾਡੇ ਨਾਲ ਤੁਰਦੇ ਆ ਉਹ ਚੜ੍ਹਦੀ ਕਲਾ ਵਾਲੀ ਗੱਲ ਹੀ ਆ ਸੋ ਜ਼ਰੂਰੀ ਆ ਜਿਹੜੀਆਂ ਰਵਾਇਤਾਂ ਚ ਸਿੱਖ ਰਹੁ ਰਵਾਇਤਾਂ ਚ ਜਿਹੜੀਆਂ ਟਕਸਾਲਾਂ ਸੰਪਰਦਾਵਾਂ ਜਿਹੜੇ ਕੋਈ ਇੰਸਟੀਟਿਊਟਸ ਗੁਰੂ ਸਾਹਿਬ ਵੇਲੇ ਦੇ ਉਸ ਤੋਂ ਬਾਅਦ ਬਣੇ ਆ ਉਹਨਾਂ ਦਾ ਵੀ ਸਾਥ ਸਾਨੂੰ ਮਿਲੇ ਬਹੁਤ ਸਾਰਾ ਪਿਆਰ ਤੇ ਸਤਿਕਾਰ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੀਰ ਸਿੱਧੂ ਨੂੰ ਸਰਦਾਰ ਮਾਨ ਸਿੰਘ ਮਾਨ ਨੂੰ
अपने नगर वालों इलाका निवासियों वालों विश्वास दवाना चाहना कि असी तन मन धन दे नाल इन्हां नूं जिता के भेजांगे। मैं सारे इलाके का बहुत बहुत ऋणी हाँ, बहुत बहुत धन्यवाद हाँ अपने नगर वालों।